ਇਹ ਸਾਡਾ ਧਰਨਾ ਜੀ ਹੋ ਗਿਆ ਸਾਨੂੰ 2-3 ਮਹੀਨਿਆਂ ਤੋਂ, ਕਾਫੀ ਟਾਈਮ ਤੋਂ ਅਸੀਂ ਇਹ ਧਰਨਾ ਲਗਾ ਰਹੇ ਹਾਂ ਜੀ। ਪਹਿਲਾਂ ਅਸੀਂ ਮੋਹਾਲੀ ਵੀ ਇਹ ਧਰਨਾ ਲਗਾਇਆ ਸੀ ਅਤੇ ਹੁਣ ਸਾਡੀਆਂ ਮੰਗਾਂ ਇਹੀ ਨੇ ਕਿ ਸਾਡੀ ਇਹ ਪੈਨ ਦੀ ਹੱਲ ਕੀਤੀ ਜਾਵੇ ਅਤੇ ਜੋ ਸਾਡਾ ਐੱਮ ਓ ਸ ਨਾਲੋਂ ਸਾਡਾ ਘਟਾਇਆ ਹੋਇਆ ਪੇ ਪੈਰਿਟੀ ਦਾ ਉਹਨੂੰ ਬਹਾਲ ਕਰਕੇ ਉਹਨਾਂ ਦੇ ਬਰਾਬਰ ਸਾਨੂੰ ਦਿੱਤਾ ਜਾਵੇ, ਜੋ ਕਿ ਸਾਡਾ ਬਣਦਾ ਹੱਕ ਹੈ ਸਾਨੂੰ ਦਿੱਤਾ ਜਾਵੇ। ਅੱਗੇ ਜਿਵੇਂ ਸਾਡੀ ਐਸੋਸੀਏਸ਼ਨ ਬਣੀ ਹੋਈ ਹੈ ਜੈਕ ਦੀ, ਜਿਵੇਂ ਸਾਨੂੰ ਸਾਰਿਆਂ ਦਾ ਬਣੂਗਾ, ਜ਼ਿਲ੍ਹਿਆਂ ਦਾ ਮਿਲਾ ਕੇ ਸਾਰਿਆਂ ਦਾ ਐਸੋਸੀਏਸ਼ਨ ਦਾ ਬਣੂਗਾ, ਉਸ ਹਿਸਾਬ ਨਾਲ ਅਸੀਂ ਉਹਨਾਂ ਨਾਲ ਫਿਰ ਮੁੱਢ ਤੋਂ ਮੁੱਢਾ ਲਾ ਕੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਕੰਮ ਕਰੀਏ ਅਤੇ ਜਿਵੇਂ ਉਹ ਕਹਿਣਗੇ ਉਸ ਹਿਸਾਬ ਨਾਲ ਅਸੀਂ ਅਜੇ ਵੀ ਚਾਲੂ ਰੱਖ ਰਿਹਾ ਸੀ ਉਹਨਾਂ ਅਤੇ ਬਾਕੀ ਜੋ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਅਗਰ ਐਮਰਜੈਂਸੀ ਤੋਂ ਬਿਨਾਂ ਕੁਛ ਹੈ ਤਾਂ ਫਿਲਹਾਲ ਅੱਜ ਦੇ ਦਿਨ ਲਈ ਉਹ ਬੰਦ ਕਰੀ ਹੋਈ ਓ ਪੀ ਡੀ ਅਤੇ ਅਗਰ ਕੋਈ ਐਮਰਜੈਂਸੀ ਕੇਸ ਆਉਂਦਾ ਤਾਂ ਅਸੀਂ ਉਹ ਹੈਂਡਲ ਕਰਾਂਗੇ। ਅੱਜ 8 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਹੈ ਅਤੇ ਇਹ ਧਰਨਾ ਦੇ ਵਿੱਚ ਅਸੀਂ ਬਕਾਇਦਾ ਓ ਪੀ ਡੀ ਪ੍ਰੋਪਰ ਬੰਦ ਕੀਤੀ ਹੋਈ ਹੈ ਅਤੇ ਐਮਰਜੈਂਸੀ ਸੇਵਾਵਾਂ ਜੋ ਪਸ਼ੂਆਂ ਦੀਆਂ ਹੈਗੀਆਂ ਉਹ ਅਸੀਂ ਮੁਹੱਈਆ ਕਰਵਾ ਰਹੇ ਹਾਂ, ਠੀਕ ਹੈ ਜੀ। ਅਤੇ ਦੂਜੀ ਗੱਲ, ਇਹ ਧਰਨਾ ਹੁਣ 2 ਹਫ਼ਤੇ ਬਾਅਦ ਦੁਬਾਰਾ ਫਿਰ ਲੱਗੇਗਾ, ਉਸ ਤੋਂ ਬਾਅਦ ਜੋ ਵੀ ਜੁਆਇੰਟ ਐਕਸ਼ਨ ਕਮੇਟੀ ਦਾ ਡਿਸੀਜ਼ਨ ਹੋਇਆ, ਜੋ ਵੀ ਹਾਰਡ ਸਟੈਪ ਹੋਇਆ ਉਹ ਸਾਡੇ ਵੱਲੋਂ ਲਿਆ ਜਾਊਗਾ। ਫਿਲਹਾਲ ਸਾਡੇ ਵੱਲੋਂ ਪਿਛਲੇ 2 ਮਹੀਨਿਆਂ ਤੋਂ ਮਨਸੂਈ ਗਰਭਧਾਨ ਅਤੇ ਹੈਲਥ ਸਰਟੀਫਿਕੇਟ ਪਸ਼ੂਆਂ ਦੇ ਉਹ ਬਕਾਇਦਾ ਬੰਦ ਕੀਤੇ ਹੋਏ ਹੈ ਅਤੇ ਸਾਡੀ ਸਰਕਾਰ ਵੱਲੋਂ ਇਹੀ ਡਿਮਾਂਡ ਹੈ। ਅਸੀਂ ਕਲਾਸ 1 ਅਫਸਰ ਹੈ, ਅਸੀਂ ਨਹੀਂ ਵੀ ਨਹੀਂ ਚਾਹੁੰਦੇ ਕਿ ਸਰਕਾਰ ਦੇ ਅਗੇਂਸਟ ਅਸੀਂ ਕੋਈ ਮਤਲਬ ਇਹੋ ਜਿਹਾ ਪ੍ਰਦਰਸ਼ਨ ਕਰੀਏ, ਪਰ ਸਰਕਾਰ ਵੀ ਸਾਨੂੰ ਮਜਬੂਰ ਕਰਦੀ ਹੈ। ਜਿਹੜਾ ਸਾਡਾ ਜਾਇਜ਼ ਮੰਗਾਂ ਨੇ, ਜਿਹੜੀਆਂ ਸਾਡੀਆਂ ਮਤਲਬ 1977 ਤੋਂ ਪੇ ਪੈਰਿਟੀ ਕੰਪੈਰੇਬਲ ਟੂ ਮੈਡੀਕੋਸ ਦੀ ਮਿਲਦੀ ਆ ਰਹੀ ਹੈ, ਉਹ ਸਾਡੀ ਹੁਣ ਪਿਛਲੇ ਸਮੇਂ ਤੋਂ 2020-21 ਦੇ ਵਿੱਚ ਉਦੋਂ ਆਪਣੇ ਕਾਂਗਰਸ ਦੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਵੱਲੋਂ ਮਤਲਬ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਉਦੋਂ, ਅਤੇ ਅਸੀਂ ਇਹੀ ਡਿਮਾਂਡ ਕਰਦੇ ਹਾਂ ਕਿ ਜੋ ਸਾਡਾ ਜਾਇਜ਼ ਪੇ ਪੈਰਿਟੀ ਦਾ ਮੁੱਦਾ ਹੈ ਉਸਨੂੰ ਧਿਆਨ ਵਿੱਚ ਲਿਆ ਜਾਵੇ ਅਤੇ ਉਹ ਅਮਲ ਵਿੱਚ ਲਿਆਉਂਦਾ ਜਾਵੇ।